ਤਾਂ ਮੈਂ ਕੱਲ੍ਹ ਜੀਆਂ ਨੇ ਤੂੰ ਬਿਸਮਿਲਲਾ ਅੱਜ ਮੇਰੇ ਕਿਚਨ ਵਿੱਚ ਅੱਜ ਆ ਮੇਰੇ ਕਿਚਨ ਵਿੱਚ ਬਣਨ ਲੱਗਾ ਹੋਇਆ ਬੱਕਰੀ ਨੇ ਗੋਸ਼ਤ ਹੋਰ ਤੁਹਾਨੂੰ ਹੋਰ ਇਹ ਮੈਂ ਲਿਆ ਹੋਇਆ ਗੋਸ਼ਤ ਇਹ ਮੈਨੂੰ ਪਤਾ ਕੋਈ ਨਹੀਂ ਕਿਤਨਾ ਗੋਸ਼ਤ ਹੈ ਕਿਤਨਾ ਨਹੀਂ ਅੱਜ ਲਿਆ ਸਹੀ ਮੈਂ ਸਿੱਧਿਆ ਸਟਿਆ ਕੁੱਕਰ ਦੇ ਵਿੱਚ ਹੋਰ ਇਹ ਜਾਸੀ ਇਸਨੇ ਵਿੱਚ ਪਿਆਜ਼ ਹੋਰ ਥੋਮ ਸਾਰਾ ਕੁਛ ਸੁੱਟੋ ਫਿਰ ਇਸਨੇ ਵਿੱਚ ਇੱਕ ਚਮਚ ਨਮਕ ਵੀ ਸੁੱਟੋ ਫਿਰ ਇਸਨੇ ਵਿੱਚ ਡੇਢ ਚਮਚ ਲਾਲ ਮਿਰਚਾਂ ਸੁੱਟੋ ਆਪਣੋ ਪਾਣੀ ਸੁੱਟੋ ਇੱਕ ਗਲਾਸ ਹੋਰ ਸੁੱਟੋ ਫਿਰ ਬੱਕਰੇ ਨਾਲ ਕਰੋ ਸਾਫ ਬੰਦ 10 ਮਿੰਟ ਵਾਸਤੇ ਚਲੋ 10 ਮਿੰਟ ਵਾਸਤੇ ਮੈਂ ਇਸਕੇ ਦਿੱਤਾ ਦਮ 10 ਮਿੰਟਾਂ ਤੋਂ ਬਾਅਦ ਦੱਸਾਂ ਬੱਕਰੇ ਕੀ ਆਰਾਮ ਹੈ ਜਾਂ ਨਹੀਂ ਆਰਾਮ ਨਾ ਆਰਾਮ ਹੋਇਆ ਮਤਲਬ ਨਾ ਗਲਿਆ ਹੋਇਆ ਫਿਰ 10 ਮਿੰਟ ਬਾਅਦ ਇਸਕੀ ਚੈੱਕ ਕਰਸਾਂ ਜਾਂ ਫਿਰ ਦੇਸਾਂ ਇਸਕੀ ਦਮ 10 ਮਿੰਟ ਬਾਅਦ ਮਿਲਨੇ ਆ ਚਲੋ ਸਾਨੂੰ ਗੋਸ਼ਤ ਗਲੀ ਗਿਆ ਔਰ ਇਸਨੇ ਵਿੱਚ ਚਲੋ ਸਾਨੂੰ ਗੋਸ਼ਤ ਗਲੀ ਗਿਆ ਵੈ ਹੁਣ ਜਾ ਸਾਨੂੰ ਇਸਨੇ ਵਿੱਚ ਟਮਾਟਰ ਔਰ ਹਰੀਆਂ ਮਿਰਚਾਂ ਔਰ ਜਾਸੀ ਕੁਕਿੰਗ ਹੋਈ ਥੋੜ੍ਹਾ ਸਾਰਾ ਇਸਕੀ ਭੁੰਨੇ ਆ ਫਿਰ ਇਸਨੇ ਵਿੱਚ ਜਾਸਨ ਗੋਂਗਲੂ ਔਰ ਇਸਕੀ ਮੈਂ ਫਿਰ ਥੋੜ੍ਹੀ ਦੇਰ 3 ਤੋਂ 4 ਮਿੰਟ ਫਿਰ ਇਸਕੀ ਮੈਂ ਪ੍ਰੈਸ਼ਰ ਦੇਸਾਂ ਕਿਉਂਕਿ ਗਾਂਗਲੂ ਮੋਟੇ ਮੋਟੇ ਫਿਰ ਚੰਗੀ ਤਰ੍ਹਾਂ ਗਲੀ ਜਾਣ ਥੋੜ੍ਹੀ ਦੇਰ ਛੋੜਨੇ ਆ ਤਾਂ ਕਿ ਟਮਾਟਰ ਗਲਣ ਔਰ ਇਸ ਵਿੱਚ ਜਾਸੀ ਥੋੜ੍ਹਾ ਸਾਰਾ ਗਰਮ ਮਸਾਲਾ ਔਰ ਇਹ ਮੋਟੇ ਮੋਟੇ ਜਾਸਨ ਇਸਨੇ ਛਕਾਉ ਔਰ ਹੁਣ ਜਾਸੀ ਇਸਨੇ ਵਿੱਚ ਪਾਉਣਾ ਕਿਉਂਕਿ ਪਤਲਾ ਸ਼ੋਰਬਾ ਬਣਾਉਣਾ ਇਸ ਨਾਲ ਔਰ ਇਸਕੀ ਲਾਣੇ ਆ ਪ੍ਰੈਸ਼ਰ 3 ਤੋਂ 4 ਮਿੰਟ ਪ੍ਰੈਸ਼ਰ ਦੇਸਾਂ ਸਿਰਫ ਗੋਂਗਲੂ ਗਾਲਣੇ ਵਾਸਤੇ ਚਲੋ ਜੀ ਮੇਰਾ ਗੋਂਗਲੂ ਗੋਸ਼ਤ ਨਾਲ ਸ਼ੋਰਾ ਹੋ ਗਿਆ ਤਿਆਰ ਆਪਣੂੰ ਥੋੜ੍ਹਾ ਸਾ ਧਨੀਆ ਪਾਉਣ ਚੁੱਲ੍ਹਾ ਕਰਨੀ ਆ ਤਾਂ ਕਿਸਾਂ ਕੋਲੋਂ ਲੈਣੀ ਆ ਇਜਾਜ਼ਤ ਆਪਣਾ ਖਿਆਲ ਰੱਖੋ ਆਪਣੀ ਫੈਮਿਲੀ ਨਾਲ ਖਿਆਲ ਰੱਖੋ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖੋ ਅੱਲਾ ਹਾਫਿਜ਼।